ਕੀ ਹਾਲ ਚਾਲ ਆ ਗਏ ਅਜੀਬੋ ਗਰੀਬ ਦੁਨੀਆ ਦੇ ਨਾਲ। ਵੈਸੇ ਤਾਂ ਜੰਗਲ 'ਚ ਪ੍ਰਜਾਤੀਆਂ ਬਹੁਤ ਨੇ, ਪਰ ਰੀਲਾਂ 'ਤੇ ਤਾਂ ਉਦੋਂ ਵੀ ਜਦੋਂ ਆ ਗਈਆਂ, ਜੰਗਲਾਂ 'ਚ ਤਾਂ ਫਿੱਕੀਆਂ ਪੈ ਗਈਆਂ ਹੁਣ। ਆਓ ਤੁਹਾਨੂੰ ਪ੍ਰਜਾਤੀਆਂ ਨਾਲ ਹੀ ਮਿਲਾਵਾਂ। ਕੈਸੀ ਲੱਗੀ ਹੈ ਕੰਮੋ ਜੀ? ਇਹ ਆਮ ਜ਼ਿੰਦਗੀ। ਵੈਸੇ ਗਾਣਾ ਗਾਈ ਕਿਹੜਾ ਜਾਂਦਾ ਸੀ ਉਹ ਤਾਂ ਸੁਣਾ ਦਿੰਦੇ, ਪਾਪਾ ਦਾ ਪਰਾ ਪਰਾ ਪਰਾ। ਕੈਸੀ ਲੱਗੀ ਹੈ ਕੰਮੋ ਜੀ? ਕੈਸੀ ਨੂੰ ਤਾਂ ਛੱਡੋ, ਪਰ ਕੰਮੋ ਜੀ ਲੜਕੀ ਹੈ ਕਿੱਥੇ, ਉਹ ਤਾਂ ਦਿਖਾਓ ਸਾਨੂੰ। ਵੀਡੀਓ ਦੇ ਸਟਾਰਟ ਹੋਣ ਤੋਂ ਪਹਿਲਾਂ ਦੱਸਦਾ, ਅਗਰ ਤੁਸੀਂ ਵੀ ਜਿੱਤਣਾ ਚਾਹੁੰਦੇ ਹੋ ਆਈਫੋਨ 15, ਉਹ ਵੀ ਬ੍ਰਾਂਡ ਨਿਊ 1 ਰੁਪਏ 'ਚ, ਤਾਂ ਐਂਡ ਤੱਕ ਬਣੇ ਰਹੋ, ਦੱਸੂੰਗਾ ਜ਼ਰੂਰ। ਹਾਂਜੀ, ਕੈਸੀ ਲੱਗੀ ਹੈ ਕੰਮੋ ਜੀ? ਕੰਮੋ ਸਾਹ ਜ਼ਿਆਦਾ ਨਹੀਂ ਲੈਂਦੀ ਕੁਛ? ਕਿਹੜੀ ਦੁਨੀਆ ਤੋਂ ਆਈ ਹੈ ਤੂੰ ਦੱਸ ਜਾ। ਉਹੀ ਆ, ਬੇੜਾ ਗਰਕ ਕੀਤਾ ਪਿਆ ਮੇਕਅਪ ਲੈਣੇ। ਵੈਸੇ ਕਮਾਲ ਦੀ ਗੱਲ, ਜਦੋਂ ਦੇਖਣਾ ਹੋਵੇ ਫਿਰ ਇਹਨੂੰ ਵਿਆਹ ਦੀ ਐਲਬਮ 'ਚ ਵੇਖਾਂਗੇ, ਉਦਾਂ ਤਾਂ ਛੀ ਪਹਿਲਾਂ ਤਾਂ ਇੰਨਾ ਬੇੜਾ ਗਰਕ ਹੋ ਜੂਗਾ, ਸੋਚਿਆ ਨਹੀਂ ਸੀ ਕਦੇ। ਨਿਓਲੇ ਨਾਲ ਖੇਡਣ ਵਾਲਾ ਕੰਮ ਹੀ ਆ ਵੈਸੇ ਤਾਂ। ਕਿਵੇਂ ਲੱਗੀ? ਇਹ 'ਚ 2 ਕਮੀਆਂ ਹੋ ਸਕਦੀਆਂ, ਜਾਂ ਤਾਂ ਆਪਾਂ ਚੰਗੀ ਤਰ੍ਹਾਂ ਬੋਇਲ ਨਹੀਂ ਕੀਤੇ, ਜਾਂ ਤਾਂ ਆਪਾਂ ਬੀਨ ਨਹੀਂ ਕੱਢੇ। ਕੋਈ ਨਹੀਂ, ਕੱਢ ਦਿੰਦੇ ਹਾਂ ਆਪਾਂ। ਲੈ ਕੈਸੀ ਲੱਗੀ ਹੈ ਕੰਮੋ ਜੀ? ਭੈਣ ਚੋਂ ਇਕੱਲਾ ਮੇਕਅਪ ਹੀ ਨਹੀਂ, ਮੇਲ ਫੀਮੇਲ ਦਾ ਖਾਣਾ ਵੀ ਚੇਂਜ ਕਰਤਾ ਇਹਨਾਂ ਨੇ। ਸਮਝ ਨਹੀਂ ਆਉਂਦੀ ਸਾਲੇ, ਬਿਸਕੁਟ ਬਣਾਉਣ ਦੀ ਉਮਰ 'ਚ ਬੁੜੀਆਂ ਤੋਂ ਬੰਦੇ ਬਣਾਈ ਜਾਂਦੇ ਆ, ਉਹ ਸੋਰੀ, ਬੰਦਿਆਂ ਤੋਂ ਬੁੜੀਆਂ ਬਣਾਈ ਜਾਂਦੇ ਆ। ਕੈਸੀ ਲੜਕੀ ਹੈ ਕੰਮੋ ਜੀ? ਮੈਂ ਕੀ ਆ ਗਿਆ? ਅੱਜ ਪਤਾ ਲੱਗਿਆ ਵੀ ਸਾਲੇ ਇਕੱਲੇ ਹੱਗਣ ਦੇ ਕੰਮ ਨਹੀਂ ਆਉਂਦੇ, ਹੱਥ ਪੂੰਜਣ ਦੇ ਵੀ ਕੰਮ ਆਉਂਦੇ ਆ। ਤੈਨੂੰ ਹੱਥ ਪੂੰਜਣ ਨੂੰ ਕੀ ਸੀ, ਤੂੰ ਕਿਹੜਾ ਅਖਬਾਰ ਪੜ੍ਹਨਾ ਸੀ? ਕਹਿੰਦਾ ਹੀ ਹੱਥ ਧੋ ਕੇ ਤੁਰ ਜਾਂਦੀ, ਜਦੋਂ ਬੂਹਾ ਖੋਲਦੀ ਉਦੋਂ ਸੁੱਕ ਜਾਣਾ ਸੀ, ਜਾਣ ਕੇ ਆਦਤ ਤਾਂ ਪੂੰਜਣ ਦੀ। ਵੈਸੇ ਇੱਕ ਗੱਲ ਆ, ਪਤਾ ਲੱਗ ਗਿਆ ਵੀ ਇਹਨਾਂ ਦੀ ਵੈਲਿਊ ਸੋਨੇ ਤੋਂ ਵੀ ਜ਼ਿਆਦਾ। ਸਾਲੀ ਸ਼ਕਲ ਵਿਖਾ ਕੇ ਤਾਂ ਚੱਲਣੇ ਨਹੀਂ, ਆਹ ਵਿਖਾ ਕੇ ਜ਼ਰੂਰ ਚੱਲ ਜਾਂਦੇ ਆ। ਆਪਣੇ ਕੱਪੜੇ ਜ਼ਿੰਦਾਬਾਦ ਤਾਂ ਠੀਕ ਆ, ਪਰ ਇਹ ਕੀ ਜ਼ਿਆਦਾ ਡਰਾਈ ਏਰੀਆ, ਹੋਰ ਕੋਈ ਥਾਂ ਹੈ ਨਹੀਂ ਸੀ, ਗਾਂਹ ਰਗੜ ਲੈਂਦੀ ਜਾਂ ਇੱਥੇ ਰਗੜ ਲੈਂਦੀ। ਨਹੀਂ ਪਿੱਛ, ਓਏ ਤੈਨੂੰ ਬਾਲਾ ਚਾਹ ਨਹੀਂ ਚੜਿਆ ਅੱਜ? ਆਓ ਕਮੈਂਟ ਚੈੱਕ ਕਰੀਏ, ਆਹ ਦੇਖ ਲਓ ਅੰਨੀ ਦਾ ਹੱਥ ਪੂੰਝਣ ਵਾਲਾ। ਆ ਜਾ ਉਰੇ, ਤੈਨੂੰ ਹੱਥ ਪੰਜਾਵਾਂ, ਅੱਲ ਅੱਲ ਰੁਮਾਲ ਅੰਨੀ ਦਾ ਫੜ। ਰੀਲਾਂ ਦਾ ਸਿਲਸਿਲਾ ਤਾਂ ਇੱਦਾਂ ਚੱਲਦਾ ਰਹਿਣਾ, ਪਰ ਹਾਂ ਇੱਕ ਕੰਮ ਦੀ ਗੱਲ ਜ਼ਰੂਰ ਦੱਸਦਾ, ਅੱਜ ਤੁਹਾਨੂੰ ਕਿੱਦਾਂ ਤੁਹਾਨੂੰ ਵੀ ਮਿਲ ਸਕਦਾ ਆਈਫੋਨ 15 ਸਿਰਫ 1 ਰੁਪਏ 'ਚ। ਇਹਦਾ ਸੀਕਰਟ ਸਿਰਫ ਇੱਕੋ ਹੀ ਆ, ਤੁਹਾਨੂੰ ਬਸ ਸਿਰਫ ਕ੍ਰਿਕਟ ਦਾ ਕਰੇਜ਼ ਹੋਣਾ ਚਾਹੀਦਾ। ਦੇਖੋ 22 ਮਾਰਚ ਨੂੰ ਸ਼ੁਰੂ ਹੋ ਰਿਹਾ ਇੰਡੀਆ ਦਾ ਸਭ ਤੋਂ ਵੱਡਾ ਕ੍ਰਿਕਟ ਫੈਸਟੀਵਲ IPL, ਸਭ ਤੋਂ ਪਹਿਲਾਂ ਮੈਚ ਹੋ ਰਿਹਾ ਬੰਗਲੌਰ ਅਤੇ ਚੇਨਈ ਵਿੱਚ। ਤੁਸੀਂ ਕੀ ਕਰਨਾ, ਸਿੰਪਲ ਹੈ, ਡਿਸਕ੍ਰਿਪਸ਼ਨ ਜਿੱਤੇ ਲਿੰਕ 'ਤੇ ਜਾਣਾ ਹੈ ਅਤੇ My11 Circle ਐਪ ਨੂੰ ਡਾਊਨਲੋਡ ਕਰਨਾ ਅਤੇ ਆਪਦੀ ਟੀਮ ਬਣਾਉਣੀ ਹੈ। ਅਤੇ ਸਭ ਤੋਂ ਵੱਡੀ ਗੱਲ ਪਤਾ ਕੀ ਹੈ, My11 Circle IPL ਦਾ ਅਫੀਸ਼ੀਅਲੀ ਸਪੋਂਸਰ ਵੀ ਹੈ। ਟੀਮ ਬਣਾਉਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਦੋਨਾਂ ਟੀਮ 'ਚ 11 ਪਲੇਅਰ ਸਿਲੈਕਟ ਕਰਨੇ ਹੋਣਗੇ, ਉਹ ਵੀ ਬੈਸਟ ਵਾਲੇ, ਅਤੇ ਉਹਨਾਂ 'ਚੋਂ ਜਿਨ੍ਹਾਂ ਦੀ ਐਕਚੁਅਲੀ ਪਰਫੋਰਮੈਂਸ ਬਹੁਤ ਵਧੀਆ ਹੋਊਗੀ ਉਹਨਾਂ ਦੇ ਬੇਸ 'ਤੇ ਤੁਹਾਨੂੰ ਪੁਆਇੰਟ ਮਿਲਣਗੇ। ਜਿੰਨਾ ਜ਼ਿਆਦਾ ਤੁਹਾਡੇ ਕੋਲ ਪੁਆਇੰਟ ਹੋਣਗੇ ਉਨੇ ਜ਼ਿਆਦਾ ਵੱਡੇ ਤੁਹਾਨੂੰ ਪ੍ਰਾਈਜ਼ ਮਿਲਣਗੇ। ਜੇ ਤੁਹਾਨੂੰ ਹਜੇ ਵੀ ਕੋਈ ਕਨਫਿਊਜ਼ਨ ਹੈ, ਤੁਸੀਂ ਐਪ ਦੇ ਐਕਸਪਰਟ ਟੀਮ ਸੈਕਸ਼ਨ ਜਾਣਾ ਸਿੱਧਾ ਅਤੇ ਉਹਨਾਂ ਟੀਮ ਨੂੰ ਕਾਪੀ ਕਰ ਲੈਣਾ। ਹਾਂ ਫਟਾਫਟ ਡਾਊਨਲੋਡ ਕਰੋ ਅਤੇ ਗਿਵ ਅਵੇ ਕੰਟੈਸਟ 'ਚ ਪਾਰਟੀਸਪੇਟ ਕਰੋ ਅਤੇ ਜਿੱਤੋ ਆਈਫੋਨ 15। ਇਹ ਕੰਟੈਸਟ ਦੀ ਫੀਸ ਹੈ ਸਿਰਫ 1 ਰੁਪਈਆ, ਅਤੇ ਇਹ ਕੰਟੈਸਟ ਸਿਰਫ 22 ਮਾਰਚ ਦੇ ਮੈਚ ਲਈ ਹੀ ਹੈ, ਅਤੇ ਸਿਰਫ ਮੇਰੇ ਸਬਸਕ੍ਰਾਈਬਰ ਲਈ ਹੈ, ਅਤੇ ਮੇਰੇ ਹੀ ਦਿੱਤੇ ਲਿੰਕ ਤੋਂ ਐਕਟੀਵੇਟ ਹੋਊਗਾ। ਸੋ ਜਾਓ, ਤੁਸੀਂ ਮੇਗਾ ਕੰਟੈਸਟ ਵੀ ਜੁਆਇਨ ਕਰ ਸਕਦੇ ਹੋ IPL ਦੇ ਹਰ ਮੈਚ 'ਚ, ਜਿਹਦਾ ਫਸਟ ਪ੍ਰਾਈਜ਼ ਹੈ 1 ਕਰੋੜ ਰੁਪਈਆ। ਅਤੇ ਸੋਚੋ ਹੋਰ ਵੀ ਬਹੁਤ ਸਾਰੇ ਵੱਡੇ ਵੱਡੇ ਪ੍ਰਾਈਜ਼ ਹੋ ਸਕਦੇ ਨੇ। ਨਾਲੇ ਪਹਿਲੇ 5 ਟੌਪ ਦੇ ਪਲੇਅਰਸ ਨੂੰ ਮਿਲੂਗੀ ਮਹਿੰਦਰਾ ਥਾਰ, ਉਹ ਵੀ ਹਰ ਦਿਨ। ਡਿਸਕ੍ਰਿਪਸ਼ਨ ਲਿੰਕ ਹੈ ਅਤੇ ਜਾ ਕੇ ਆਪ ਨੂੰ ਇੰਸਟਾਲ ਕਰੋ। ਅਤੇ ਹਾਂ ਇੱਕ ਜ਼ਰੂਰੀ ਗੱਲ, ਮੇਰਾ ਕੂਪਨ ਕੋਡ ਜ਼ਰੂਰ ਯੂਜ਼ ਕਰ ਲਿਓ,
20% ਐਕਸਟਰਾ ਕੈਸ਼ਬੈਕ ਮਿਲੂਗਾ। ਮੈਂ ਤਾਂ ਆਪਦੀ ਟੀਮ ਬਣਾ ਲਈ ਹੈ ਤੇ ਤੁਸੀਂ ਵੀ ਆਪਦੀ ਟੀਮ ਬਣਾ ਲਓ, ਬੰਗਲੌਰ ਵਰਸਸ ਚੇਨਈ ਨਾਓ। ਜਿਵੇਂ ਪਰਾਂਦਾ ਨਕਲੀ ਆ ਉਵੇਂ ਰੀਲਾਂ 'ਤੇ ਇਹਨਾਂ ਦੀ ਜ਼ਿੰਦਗੀ ਨਕਲੀ ਆ। ਬਸ ਤੁਸੀਂ ਲਚਕ ਚੈੱਕ ਕਰੋ, ਪਰਾਂਦਾ ਨਾ ਚੈੱਕ ਕਰੋ। ਪਰਾਂਦਾ ਤਾਂ ਐਵੇਂ ਗਾਣੇ 'ਚ ਨਾ ਲਿਆ, ਗੱਲ ਤਾਂ ਲਚਕ ਦੀ ਹੋ ਰਹੀ ਸੀ। ਜੋ ਵੀ ਲੜਕਾ ਮੇਰੀ ਬੇਟੀ ਸੇ ਸ਼ਾਦੀ ਕਰੇਗਾ ਉਸੇ ਮੈਂ ਆਪਣੀ ਇਹ 2 ਕਰੋੜ ਕੀ ਹਵੇਲੀ ਔਰ ਆਪਣਾ ਕਲੀਨਿਕ ਔਰ 25 ਲੱਖ ਕੀ ਜੋ FD ਹੈ ਵੋ ਉਸਕੇ ਨਾਮ ਪੇ ਕਰ ਦੂੰਗਾ। ਨਾਮ ਤਾਂ ਕਰ ਦੇਗਾ ਠੀਕ ਆ, ਪਰ ਜਿਹਦੇ ਨਾਲ ਵਿਆਹ ਨਹੀਂ ਹੈ ਉਹਦੀ ਵੀ ਗੱਲ ਕਰੋ। ਆ ਜਿਹੜੀ 1 ਬਾਏ 1 ਗੈਟ 1 ਇਹ ਨਾਲੇ ਹੀ ਆਊਗੀ ਕਿ ਜਾਂ ਨਹੀਂ? ਜੋ ਵੀ ਲੜਕਾ ਮੇਰੀ ਬੇਟੀ ਸੇ ਸ਼ਾਦੀ ਕਰੇਗਾ ਉਸੇ ਮੈਂ ਆਪਣੀ ਇਹ 2 ਕਰੋੜ ਕੀ ਹਵੇਲੀ ਔਰ ਆਪਣਾ ਕਲੀਨਿਕ। ਹਵੇਲੀ ਕਿੱਥੇ ਆ, ਦਿਸੀ ਨਹੀਂ ਸਾਨੂੰ। ਅੱਛਾ, ਆਪਣਾ ਕਲੀਨਿਕ ਔਰ ਕਲੀਨਿਕ ਅਸੀਂ ਸਿਰ 'ਚ ਮਾਰਨਾ, ਸਾਨੂੰ ਤਾਂ ਕਦੇ ਟੱਟੀਆਂ ਵਾਲੀ ਗੋਲੀ ਦਾ ਪਤਾ, ਅਸੀਂ ਕੀ ਕਰਨਾ? ਆਹ ਹੈੱਡਫੋਨ ਜੇ ਨਾਲ ਹੀ ਚੱਕੀ ਫਿਰਦਾ ਕੀ ਗੱਲ, ਇਹਦੇ 'ਚ ਗਾਣੇ ਚੱਲਦੇ ਆ? ਚਲੋ, ਇੰਨਾ ਤਾਂ ਰਸ਼ ਡੀਪੋ 'ਚ ਨਹੀਂ ਹੁੰਦਾ ਜਿੰਨਾ ਇਹਨਾਂ ਦੇ ਕਮੈਂਟਾਂ 'ਚ ਹੋਇਆ ਪਿਆ ਰਿਸ਼ਤੇ ਵਾਲਿਆਂ ਦਾ। ਸਮਝ ਨਹੀਂ ਆਉਂਦੀ ਸਲਾ, ਇਹ ਇੰਸਟਾਗ੍ਰਾਮ ਹੀ ਆ, ਇੱਥੇ ਰਿਸ਼ਤੇ ਵੀ ਹੋਣ ਲੱਗ ਗਏ। ਓ ਮਾਈ ਗੋਡ, ਵਾਟ ਦਾ ਫੱਕ। ਆਓ ਪਹਿਲਾਂ ਨਾਲੋਂ ਬੀਜੀ ਬੀਜੀ ਲਾਈਫ ਵਾਲਾ ਹੋ ਗਿਆ, ਹੁਣ ਮੁਬਾਰਕਾਂ ਤੂੰ ਵਾਈਫ ਵਾਲਾ ਹੋ ਗਿਆ। ਇੰਨੀ ਜਿਲ ਖਿਲਾਰੀ ਆ, ਅੱਜ ਦੇ ਦਿਨ ਤਾਂ ਕਮ ਸੇ ਕਮ ਉੱਠ ਪੈਂਦਾ, ਆਹ ਦਿਨ ਦਾ ਚਾਹਤਾ ਸਾਰਿਆਂ ਨੂੰ ਹੁੰਦਾ। ਇਹਨੇ ਵਿਆਹ ਵਾਲੇ ਦਿਨ ਵੀ ਆਖ ਦੇਣਾ ਆਪਦੇ, ਮੈਂ ਨਹੀਂ ਆਉਣਾ, ਤੁਸੀਂ ਜਾਓ। ਜਦੋਂ ਆਈਸਕ੍ਰੀਮ ਸ਼ੁਰੂ ਹੋ ਗਈ ਮੈਨੂੰ ਦੱਸ ਦਿਓ, ਮੈਂ ਉਦੋਂ ਆਜੂੰਗਾ ਦੁਪਹਿਰੇ ਜੇ। ਮੈਂ ਨਹੀਂ ਆਉਂਦਾ, ਮੈਨੂੰ ਘਰੇ ਲਿਆ ਦਿਓ। ਮੈਨੂੰ ਨਹੀਂ ਪਤਾ ਆਹ ਕੀ ਕਰੀ ਜਾਂਦਾ, ਇਹ ਅੱਡ ਢਿੱਲੋ ਪ੍ਰੀਤ ਬਣਿਆ। ਵੈਸੇ ਸਕੂਟਰੀ ਤਾਂ ਠੀਕ ਆ, ਪਰ ਤੂੰ ਕੀ ਕਰੀ ਜਾਂਦਾ ਉੱਤੇ ਚੜ ਕੇ ਧੱਕਾ ਲਾਉਣ ਦੀ ਬਜਾਏ? ਮੈਂ ਕਹਿੰਦਾ ਪਿੱਛੋਂ ਦੀ ਲੈਂਦਾ ਜ਼ਿਆਦਾ ਬੈਟਰ ਨਹੀਂ ਸੀ? ਦਿਲ ਕਰੇ ਨਾ ਯਕੀਨ, ਕਿਵੇਂ ਮੰਨ ਲਾ ਕਿ ਤੂੰ ਮੇਰੇ ਪਿੱਛੇ ਸੰਦੀ ਕਿਵੇਂ ਹੋ ਗਈ। ਪੋਲ ਡਾਂਸ ਤਾਂ ਠੀਕ ਆ, ਪਰ ਪੋਲ ਤੇਰਾ ਜ਼ਿਆਦਾ ਛੋਟਾ ਨਹੀਂ? ਇਹਦੇ ਉੱਤੇ ਬਹਿ ਕੇ ਨੱਚੇਂਗੀ? ਆਹ ਵਾਹ ਜੀ ਵਾਹ, ਆਹ ਬੰਦੂਕ ਲੋਡ ਕਰ ਲਈ, ਇਹਨੂੰ ਚਲਾ ਵੀ ਲਿਆ ਕਰ, ਲੋਡ ਕਰ ਕਰ ਰੱਖੀ ਜਾਂਦੀ ਆ, ਹੈ ਹੀ ਨਹੀਂ ਕੁਛ, ਹਲਾਨ ਨੂੰ ਹਲਾਊ ਕੀ? ਹੈ ਕੌਣ ਜਿਹੜਾ ਇਹਦਾ ਟਾਈਮ ਚੱਕੀ ਜਾਂਦਾ? ਇਹਨੂੰ ਚੱਕ ਕੇ ਆਪ ਹੀ ਸੁੱਟੋ ਪਰੇ, ਇਹਦੇ ਕਰਾਣਾ ਕੀ ਹੈ? ਮੈਨੂੰ ਇਹ ਦੱਸੋ ਕਿਹੜਾ ਕੁਸਾ ਜਿਹਨੇ 80 ਰਾਹ 'ਚ ਰੱਖ ਰੱਖੀ ਹੈ? ਵੈਸੇ ਆਹ ਠੇਡੇ ਖਾਨਾ ਅਕਲ ਨਹੀਂ ਆਉਂਦੀ, ਉਹ ਠੇਡੇ ਹੋਰ ਹੁੰਦੇ ਆ, ਜੇਬ 'ਚ ਹੱਥ ਪਾ ਕੇ ਤੁਰਦਾ ਜਿਵੇਂ ਕੈਟਵਾਕ ਚੱਲਦੀ ਹੁੰਦੀ ਹੈ। ਸਾਈਕਲ ਦਾ ਸਟੈਂਡ ਲਾਉਣ ਦੀ ਕੀ ਲੋੜ ਸੀ? ਕੰਧ ਨਾਲ ਨਹੀਂ ਖੜਾ ਕਰ ਦਿੰਦਾ, ਐਵੇਂ ਖੇਚਲ ਕੀਤੀ ਤੁਸੀਂ ਭਾਜੀ। ਇਹ ਕਨੇਡਾ ਕੀ ਗੱਲ ਭਾਜੀ, ਇੱਥੇ ਸਨੋ ਨਹੀਂ ਪੈਂਦੀ? ਓਏ ਹੋਏ ਹੋਏ, ਇੰਨੇ ਠੇਡੇ ਖਾ ਕੇ ਵੀ ਅੰਮ੍ਰਿਤਸਰੀ ਪਹੁੰਚ ਪਾਏ? ਛੇ ਜਾ ਮਾਮਾ, ਵੱਜ ਕਿਸੇ ਕੰਧ 'ਚ ਜਾ ਕੇ ਥੋੜ੍ਹਾ ਜਿਹਾ ਹੋਰ ਉੱਤੇ ਜਾਵੇਂ, ਰੈਸਟੋਰੈਂਟ 'ਚ ਬੈਠਾ। ਵੈਸੇ ਜੇ ਠੇਡੇ ਖਾਨ ਵਾਲੀ ਕੰਮ ਚੱਲਦਾ ਹੁੰਦਾ ਫਿਰ ਜਲੰਧਰ ਵਾਲੇ ਏਜੰਟ ਸਾਰੇ ਘੁੱਸੇ ਆ, ਜਿਹੜੇ ਐਵੇਂ ਆਖਦੇ ਆ ਜਾਓ ਆ ਜਾਓ ਆ ਜਾਓ ਵੀਜ਼ਾ ਲਵਾ ਦਿੰਦੇ ਆ, ਲੋੜ ਨਹੀਂ। ਮੈਂ ਇੱਥੇ ਟਰੱਕ ਠੇਡਾ ਖਾ ਲਾਂਗਾ, ਉੱਤੋਂ ਦੀ ਜਾਵਾਂਗਾ ਜਲੰਧਰ ਦੇ। ਪਤਾ ਨੀ ਸਾਲਾ ਕੀ ਚੱਕਰ ਹੈ, ਇਹਦੀ ਕੁੜੀ ਅਜੇ ਇਹਦੀ ਘਰ ਵਾਲੀ ਇਹੀ ਸਮਝ ਨਹੀਂ ਆਉਂਦੀ। ਕੀ ਗੱਲ ਅੰਕਲ, ਹਜੇ ਫੰਕਸ਼ਨ ਮੁੱਕੇ ਨੀ? ਢਾ ਲਓ ਫੜ ਕੇ ਅੰਕਲ ਨੂੰ, ਲੱਚਾ ਕਿਸੇ ਬੈਠਾ ਦੇਖ ਲੱਤਾਂ ਖੋਲ ਕੇ, ਕੀ ਗੱਲ ਸਨ ਲੱਗੇ ਆ, ਹਵਾ ਲਵਾ ਰਹੇ ਹੋ ਭਾਜੀ? ਦੇਖ ਲਓ ਪ੍ਰੇਮ ਢਿੱਲੋ ਭਾਜੀ, ਕਿੱਥੇ ਚੱਲੇ ਹੋ, ਪਤੰਗ ਲੈਣ ਕਿ ਪੁੜੀ ਪੱਟਣ? ਸਾਲੇ ਤਿੰਨੇ ਮਿਲਾ ਕੇ ਵੀ 18 ਨਾ ਹੋ, ਕਾਰ ਦੀ ਉਮਰ ਵੀ ਵਿੱਚ ਲਾਣੀ ਪਊਗੀ, ਕਿੰਨੇ ਸਾਲ ਹੋ ਗਏ ਲਈ ਇਹਨਾਂ ਨੂੰ, ਫਿਰ ਕਿਤੇ ਜਾ ਕੇ ਥੋੜ੍ਹਾ ਲਾਇਸੈਂਸ ਅਪਲਾਈ ਹੋਵੇ।
ਨੀ ਦੇ ਕਿਹਨੇ ਫੜਾਈ ਹੈ? ਕਿਹੜਾ ਘੁੱਸਾ ਜਿਹੜਾ ਇਹਨਾਂ ਨੂੰ ਗੱਡੀ ਫੜਾ ਦਿੰਦਾ? ਬਸਤੀ ਮੈਂ ਆਗ ਲਗਾ ਦੂੰਗਾ ਅਗਰ ਕਿਸੇ ਨੇ ਇਸਕੋ ਹਾਥ ਵੀ ਲਗਾਇਆ ਤੋ। ਜਿਹੜੀ ਇਹਦੇ ਲੱਗੀ ਹੋਈ ਆ ਉਹਦਾ ਕੀ ਕਰੇਗਾ? ਪਹਿਲਾਂ ਉਹਨੂੰ ਤਾਂ ਭਜਾ। ਇਸਕਾ ਕੀ ਨਾਤਾ ਹੈ? ਇਸਕਾ ਮੇਰੀ ਜਾਨ ਹੈ। ਸਾਲਿਆ ਜੇ ਤੇਰੀ ਜਾਨ ਆ ਤਾਂ ਹਜੇ ਤੱਕ ਰੱਜੀ ਨੀ, ਕੀ ਗੱਲ? ਤੂੰ ਕੋਰੀਆ ਗਿਆ ਸੀ ਜਿਹੜਾ ਅੱਜ ਚਾ ਚੜਿਆ ਇਹਨੂੰ? ਮੈਂ ਗਿਰਿਆ ਹੋਇਆ ਬੰਦਾ ਜਮਾਨੀ ਚ ਬੱਲੀ ਹੈ। ਜੇ ਦੰਦ ਬਾਹਰ ਨਾ ਕੱਢੇਗਾ ਤਾਂ ਕੀ ਗੱਲ ਵਾਜਾ ਵੱਜਣਾ ਨੀ, ਨਾਲੇ ਐਡਾ ਕਿੱਡਾ ਕੁ ਲੰਬਾ ਵਜਾਉਂਦੀ ਆ। ਤੈਨੂੰ ਇਹ ਨਹੀਂ ਪਤਾ ਵੀ ਦੂਜੇ ਹੱਥ ਨਾਲ ਪੱਖਾ ਵੀ ਚੱਲਦਾ? ਰੀਲ ਬਣਾਉਣ ਲੱਗਿਆ, ਕੋਈ ਗੱਲ ਨੀ, ਪੱਖਾ ਆਪੇ ਚੱਲੀ ਜਾਊਗਾ। ਨੀ ਦੇ ਭਾਜੀ, ਇੱਥੋਂ ਲਿਆਉਣ ਦੀ ਕੀ ਲੋੜ ਸੀ, ਪਿੱਛੋਂ ਲੈ ਜਾਂਦੇ। ਐਡੀ ਮੁੱਛ ਹੈ ਨਾ ਇੱਕ ਤਾਂ ਉਹ, ਘਰ ਤੋਂ ਵੀ ਢਾ ਦੇ ਇਹ। ਸ਼ਰਮ ਨਹੀਂ ਆਉਂਦੀ? ਆਊਗੀ ਵੀ ਕਿਵੇਂ, ਉਹ ਤਾਂ ਅਸੀਂ ਵੇਚਤੀ। ਪਬਲਿਕ ਪਲੇਸਾਂ 'ਤੇ ਰੀਲਾਂ ਬਣਾਉਣ ਬਹਿ ਜਾਂਦੇ ਆ, ਉਹ ਵੀ ਸੋਚਦਾ ਹੋਣਾ ਕਿੱਧਰ ਲੱਗੀਆਂ ਯਾਰ ਇਹ। ਇਸ਼ਾਰਿਆਂ ਇਸ਼ਾਰਿਆਂ 'ਚ ਆਖਦਾ ਨੂੰ ਆਸ਼ਾ ਅੰਦਰ, ਕੋਈ ਗੱਲ ਨਹੀਂ, ਸਾਡਾ ਤਾਂ ਚੱਲਦਾ ਹੀ ਰਹਿੰਦਾ ਕੰਮ। ਕੁੜੀ ਇਹ ਨਹੀਂ ਤੇਰੇ, ਇੱਕ ਤਾਂ ਸਾਰੇ ਸ਼ੀਸ਼ੇ ਪੱਟਣ ਵਾਲੇ ਆ ਸਾਲੇ, ਆਪਦੇ ਘਰ ਸ਼ੀਸ਼ੇ ਹੈ ਨਹੀਂ ਤੁਹਾਡੇ ਰੀਲਾਂ ਪਾਉਣ ਨੂੰ। ਉੱਥੇ ਖੜੀ ਲੱਗੀ ਪਈ ਲਿਫਟ 'ਚ, ਬਰਾਮ ਰੰਗੇ ਨੇ, ਫਿਲਟਰ ਲਾ ਕੇ ਵੀ ਪੂਰਾ ਨਹੀਂ ਹੁੰਦਾ। ਮਾਜਵੀ ਦਾ ਸ਼ੌਂਕ ਤਾਂ ਤਲਵਾਰਾਂ ਰੱਖਣ ਦਾ, ਬੰਦੂਕਾਂ ਲਈ ਤਾਂ ਜਵਾਕ ਵੀ ਜਿੱਦ ਕਰਦੇ ਨੇ। ਨਹੀਂ ਤੇ ਚਲਾਈ ਫਿਰ ਵੀ ਤੂੰ ਬੰਦੂਕ ਹੀ ਜਾਂਦਾ, ਕੀ ਗੱਲ ਤਲਵਾਰ ਚੱਲੀ ਨੀ? ਕੀ ਪ੍ਰੂਫ ਕਰਨਾ ਚਾਹੁੰਦਾ, ਜਿੱਤ ਗਿਆ ਜੰਗ ਤੂੰ? ਲੜਕਾ ਮਿਲ ਗਿਆ ਆਪਕੋ ਸਾਡੀ ਕੇ ਲਈ? ਆਪਕੋ ਬਹੁਤ ਬਹੁਤ ਧੰਨਵਾਦ, ਆਪਨੇ ਮੇਰੇ ਲਈ ਲੜਕਾ ਦੇਖਾ, ਇਤਨਾ ਸੋਚਾ, ਇਤਨਾ ਸਮਝਿਆ, ਬਹੁਤ ਅੱਛੇ। ਸੋ ਹਾਂ, ਕਹਾਂ ਰਹਿ ਤੂੰ? ਅਰੇ ਸਾਲੇ ਸਹਿਰਾ ਕਰਨ ਨੂੰ ਬਣੇ ਸੀ, ਪਰ ਇਹਨਾਂ ਨੇ ਪਤਾ ਨਹੀਂ ਸਾਲਿਆਂ ਨੇ ਆਸਕੀਆਂ ਦੇ ਅੱਡੇ ਤੇ ਰੀਲਾਂ ਬਣਾਉਣ ਨੂੰ ਰੱਖ ਲਏ ਆ। ਕੀ ਦਿਸਿਆ ਇਹਦੇ 'ਚ ਤੈਨੂੰ? ਮੇਰੇ ਹੱਥ ਹੋ, ਮੈਨੇ ਵੀਡੀਓ ਦੇਖੀ ਸੀ, ਤਭੀ ਮੈਂ ਕੰਟੈਕਟ ਕਰਕੇ ਇਨਸਾ ਆ ਗਿਆ। ਅਰੇ ਦਾਲ ਨੂੰ ਵਿੱਚ ਕੋ, ਉਹਦੇ 'ਚ ਵੀ ਰੋਡ ਨਿਕਲ ਆਉਂਦਾ, ਇਹਦੇ 'ਚ ਤਾਂ ਕੁਛ ਨਿਕਲਣਾ ਹੀ ਨਹੀਂ। ਛੀ ਸਰ, ਲੜਕਾ ਕੋਈ ਹੋ ਜੋ ਮੇਰੀ ਰੂਹ ਸੇ ਪਿਆਰ ਕਰੇ, ਜਿਸਮ ਸੇ ਪਿਆਰ ਨਾ ਕਰੇ ਵੋ। ਰੂਹ ਤੇਰੀ ਹੈ ਤਾਂ ਜਿਸਮ ਦੇ ਅੰਦਰ ਹੀ, ਜੇ ਰੂਹ ਨਾਲ ਪਿਆਰ ਕਰਨਾ ਟੱਚ ਤਾਂ ਕਰਨਾ ਹੀ ਪਊਗਾ ਫਿਰ, ਤੇ ਜੇ ਰੂਹ ਨਾਲ ਪਿਆਰ ਕਰ ਲਓ। ਕਾਕਾ ਕਿੱਥੋਂ ਲੈ ਕੇ ਆਵਾਂਗੇ, ਮਿਹਨਤਰਾ ਤੋਂ? ਪਿਆਰ ਨਾ ਕਰੇ ਵੋ ਮੁਝਸੇ ਸ਼ਾਦੀ ਕਰਨੇ ਕੋ ਅਗਰ ਤਿਆਰ ਹੋ ਤੋ ਮੈਂ ਵੀ ਪੂਰੇ ਤਰੀਕੇ ਸੇ ਉਸੇ ਪਤਨੀ ਕੇ ਸੁਖ ਵੀ ਦੂੰਗੀ। ਹਰ ਜਿਸਮ ਨਾਲ ਤੂੰ ਪਿਆਰ ਨਹੀਂ ਕਰਨਾ ਫਿਰ ਸੁਖ ਕੌਣ ਸਾ ਦੇਗੀ? ਕੀ ਗੱਲ, ਕੁੱਤੇ ਨੂੰ ਪੱਟੀ ਕਰਾ ਕੇ ਲਿਆ ਕਰੇਗੀ ਸਾਡੇ ਨੂੰ? ਹਰ ਚੀਜ਼ ਦੂੰਗੀ, ਉਸੇ ਕਮਾ ਕੇ ਵੀ ਖਿਲਾਉਂਗੀ। ਅੱਛਾ, ਕਮਾਏਂਗੀ ਵੀ? ਵਾਹ ਜੀ ਵਾਹ, ਵੋਡਾਫੋਨ 'ਚ ਲੱਗੀ ਆ। ਨਮਸਕਾਰ ਸਰ, ਮੈਂ ਮੀਨਾਕਸ਼ੀ ਬੋਲ ਰਹੀ ਹੂੰ ਵੋਡਾਫੋਨ ਸੇ। ਆਪਕੇ ਲੀਏ ਨਯਾ ਆਫਰ ਹੈ ਰੀਚਾਰਜ ਕੇ ਲੀਏ, 399 ਵਾਲਾ ਆਪਕੋ 299 ਮਿਲੇਗਾ, ਸਾਥ ਮੇਂ ਮੈਂ ਲਿੰਕ ਭੇਜ ਦੇਤੀ ਹੂੰ, ਉਸਸੇ ਰੀਚਾਰਜ ਕਰ ਲੀਜੀਏ। ਥਾਰ ਕੀ ਹੋ? ਮੈਂ ਨਾ ਪਾਨੀਪਤ ਸੇ ਹੂੰ, ਔਰ ਯੇ ਹੈ 1 ਕਰੋੜ ਰੁਪਏ ਕਾ ਚੈੱਕ। ਅੱਛਾ ਮੈਮ, 1 ਕਰੋੜ ਕਾ ਚੈੱਕ ਹੈ? ਹਾਂਜੀ ਹਾਂਜੀ। ਔਰ ਯੇ ਮੈਂ ਉਸੀ ਕੋ ਦੂੰਗੀ ਜੋ ਮੁਝੇ ਪੇਮੈਂਟ ਕਰੇਗਾ। ਮਤਲਬ ਜੋ 1 ਕਰੋੜ, ਓਏ ਇਹ ਤਾਂ ਐਵੇਂ ਲਈ ਫਿਰਦੀ ਹੈ, ਤੂੰ ਚੈੱਕ ਦੀ ਢੋਈ ਮਾਰ, ਮੈਂ ਉਦਾਂ ਹੀ ਬੰਦੇ ਭੇਜ ਦਿੰਦਾ, ਇੱਥੇ ਬਥੇਰੀ ਦੁਨੀਆ ਤਰਸੀ ਫਿਰਦੀ ਹੈ ਪਿਆਰ ਨੂੰ। ਠੱਕੀ ਵੀ ਨਾ ਕਰੇਗਾ, ਮਤਲਬ ਜੋ ਲੜਕਾ ਕੋ ਪੇਮੈਂਟ ਕਰੇਗਾ ਉਸਕੋ 1 ਕਰੋੜ ਰੁਪਏ ਦੋਗੇ? 1 ਕਰੋੜ ਰੁਪਏ ਜੋ ਨਹੀਂ ਕਰੇਗਾ ਨਾ, ਮੈਂ ਉਸਕੋ ਯੇ 5 ਲੱਖ ਰੁਪਏ ਦੂੰਗੀ। 5 ਲੱਖ? ਇੰਨੇ ਕੀ? ਕੀ ਗੱਲ, 10,000 ਦਾ ਨੋਟ ਵੀ ਆਉਣ ਲੱਗ ਗਿਆ ਕਿ? ਮੈਂਟ ਪੜੇ ਇਹਦੇ ਵੀ ਸਾਲੇ, ਲੋਕ ਤਾਂ ਜਾਣ ਨੂੰ ਤਿਆਰ ਹੋਏ ਪਏ, ਕਿਸੇ ਨੇ ਐਵੇਂ ਨਹੀਂ ਆਖਿਆ ਕਿ ਮੂੰਹ ਦਿਖਾ ਦਿਓ, ਲੋੜ ਹੀ ਨਹੀਂ ਸਾਨੂੰ। ਛੀ, ਵੀਡੀਓ ਲਾਈਕ, ਕਮੈਂਟ ਤੇ ਸ਼ੇਅਰ ਨਾਲ My11 ਸਰਕਲ ਐਪ ਨੂੰ ਇੰਸਟਾਲ ਕਰਨਾ ਨਾ ਭੁੱਲਿਓ, ਤੇ ਜਿੱਤੋ 1 ਕਰੋੜ ਰੁਪੀਜ਼, SUV ਕਾਰਸ ਤੇ ਹੋਰ ਬਹੁਤ ਸਾਰੇ ਪ੍ਰਾਈਜ਼ਸ, ਤੇ ਹਾਂ ਮੇਰਾ ਕੂਪਨ ਕੋਡ ਯੂਜ਼ ਕਰ ਲਿਓ, 20% ਐਕਸਟਰਾ ਕੈਸ਼ਬੈਕ ਵੀ ਮਿਲੂਗਾ। ਸੋ ਜਾਓ ਤੇ ਸਬਸਕ੍ਰਾਈਬ ਕਰਦੇ ਯਾਰ ਚੈਨਲ ਨੂੰ, ਮੈਂ ਕਰਾਂ ਪਹਿਲਾਂ ਜਾ ਕੇ। ਹੈਲੋ, ਕੌਣ ਆ? ਮੈਂ ਗਿਰਿਆ ਹੋਇਆ ਬੰਦਾ ਜਮਾਨੀ ਚ ਬੱਲੀ ਹੈ, ਉਹ ਹੋਰਾਂ ਕੇ ਸਿਰਾਂ ਪਰ ਨਹੀਂ ਰਹੀ।